ਹਾਂਜੀ ਸਵਾਗਤ ਆ ਦੋਸਤੋ ਤੁਹਾਡੇ ਆਪਣੇ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਨਿਊਜ਼ ਰਾਜ ਫਾਰਮ ਵਿੱਚ। ਸੋ ਅੱਜ ਜਿਹੜੀ ਆਪਾਂ ਵੀਡੀਓ ਕਰਨ ਪਹੁੰਚੇ ਸੀ ਮਿੱਤਰੋ, ਮਾਝੇ ਦੀ ਧਰਤੀ 'ਤੇ ਬਾਈ ਰਣਜੀਤ ਦੇ ਘਰ ਪਹੁੰਚੇ ਹਾਂ, ਪਿੰਡ ਪੂਲਾ ਨੇੜੇ ਜਿਹੜਾ ਸ਼ਹਿਰ ਆ ਦੋਸਤੋ ਭਿੱਖੀ ਵਹਿਣ ਲੱਗਦਾ, ਅਤੇ 2 ਤੋਂ 3 ਕਿਲੋਮੀਟਰ ਦੀ ਦੂਰੀ 'ਤੇ ਜਿਹੜਾ ਬਾਈ ਦਾ ਪਿੰਡ ਆ, ਪੱਕੀ ਸੜਕ ਆਉਂਦੀ ਆ ਮਿੱਤਰੋ, ਅਤੇ ਬਿਲਕੁਲ ਨਾਲ ਹੀ ਆ ਜਿੱਦਾਂ ਕਹਿਣ ਤੋਂ ਬਾਈਕਾਂ ਦੇ ਬਾਈ ਬੈਠਾ ਹੋਇਆ। ਤੁਸੀਂ ਆ ਕੇ ਵਿਜਿਟ ਕਰਕੇ ਅਤੇ ਬਾਈ ਕੋਲ ਇੱਕ ਤਾਂ ਐਚ ਐਫ ਕਾਓ ਜਿਹੜੀ ਵਿਕਾਊ ਆ, ਇੱਕ ਝੋਟੀ ਆ ਜਿਹੜੀ ਬਾਹਲੀ ਨਹੀਂ ਹੈ ਚੰਗੀ ਆ, ਕਿਉਂਕਿ ਦੁੱਧ ਵਾਲੀ ਆ ਅਤੇ ਬੱਚੇ ਬਹੁਤ ਚੰਗੇ ਲਾਉਂਦੀ ਆ। ਅਤੇ ਬਾਈ ਨਾਲ ਕਰਦੇ ਹਾਂ ਗੱਲਬਾਤ ਅਤੇ ਲੈਂਦੇ ਇਹਨਾਂ ਬਾਰੇ ਜਾਣਕਾਰੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਮ ਕੀ ਆ? ਰਣਜੀਤ ਸਿੰਘ ਜੀ। ਰਣਜੀਤ ਸਿੰਘ, ਅਤੇ ਆਪਾਂ ਵੀਰੇ ਮੰਨ ਲਓ ਜਿਹੜੇ ਪਸ਼ੂ ਆ ਸੇਲ ਕੀਤੇ ਆ ਆਪਣੇ ਘਰ ਦੇ ਆ ਕਿ ਘਰ ਦੇ? ਨਹੀਂ ਵੀਰੇ, ਘਰ ਦੇ ਹੀ ਆਪਣੇ। ਠੀਕ ਆ, ਤੇ ਆਪਣਾ ਮੇਨ ਡੈਰੀ ਫਾਰਮ ਦਾ ਹੀ ਕੰਮ ਆ ਕਿ ਹੋਰ ਵੀ ਕੋਈ? ਨਹੀਂ ਨਹੀਂ ਵੀਰੇ, ਘਰ ਦਾ ਕੰਮ ਹੈ ਆਪਣਾ। ਠੀਕ ਆ, ਕੀ ਕਾਰਨ ਬਣ ਗਿਆ ਜਿਹੜਾ ਹੁਣ ਆਪਾਂ ਸੇਲ ਕਰ ਰਹੇ ਹਾਂ? ਕਾਰਨ ਆਪਣਾ ਥੋੜਾ ਜਿਹਾ ਸਾਈਡ ਤੇ ਜਾਣ ਦਾ ਪ੍ਰੋਗਰਾਮ ਬਣਿਆ ਕਿਤੇ। ਠੀਕ ਆ ਜੀ। ਇਸ ਰਜੇਵੇਂ ਕਾਰਨ ਫਿਰ ਬੱਚਾ ਪੜਦਾ ਹੈ ਜੀ। ਠੀਕ ਆ ਜੀ, ਤੇ ਤਾਂ ਵੇਚਦੇ। ਸੋ ਦੋਸਤੋ, ਬਾਈ ਪੇਸ਼ੇਵਰ ਤਾਂ ਮੰਨ ਲਓ, ਨਾਲ ਹੋਰ ਕੋਈ ਆਪਣੀ ਐਡਜਸਟਮੈਂਟ ਕਰਨੀ ਚਾਹੁੰਦੇ ਆ, ਤੇ ਜਿਹੜੇ ਮੰਨ ਲਓ ਪਸ਼ੂ ਤਾਂ ਕਰਕੇ ਸੇਲ ਕਰਨ ਲੱਗੇ ਆ, ਤੇ ਬਾਈ ਜੀ ਜਿਹੜੀ ਆਹ ਮੱਝ ਆ ਇਹਦੀ ਝੋਟੀ ਦੀ ਆਪਾਂ ਡਿਟੇਲ ਦਈਏ ਪਬਲਿਕ ਨੂੰ, ਇਹ ਕਿੰਨਵੇਂ ਸੂਏ ਆ ਬਾਈ ਜੀ? ਡਿਟੇਲ ਵੀਰ ਜੀ ਇਹਦੀ ਤੀਜੇ ਸੂਏ ਸੂਈ ਆ। ਅੱਛਾ ਜੀ। ਚੌਥੇ ਵਾਸਤੇ ਸੀਮਨ ਲੱਗ ਚੁੱਕਾ। ਚੌਥੇ ਵਾਸਤੇ ਸੀਮਨ ਵੀ ਲੱਗ ਚੁੱਕਾ ਵਾ, ਤੇ ਇਹਦੇ ਥੱਲੇ ਜਿਹੜਾ ਇਸ ਟਾਈਮ ਦੁੱਧ ਕਿੰਨੇ? ਇਸ ਟਾਈਮ ਤੇ ਦੁੱਧ ਜਿਹੜਾ ਜਦੋਂ ਤੇ ਪੀਕ ਲੈਵਲ ਤੇ ਸੀਗੀ, ਹਾਂਜੀ, ਉਦੋਂ ਇਹਦੇ ਥੱਲੇ 13-14 ਲੀਟਰ ਦੁੱਧ ਚੋਇਆ। ਅੱਛਾ ਜੀ। ਤੇ ਇਸ ਟਾਈਮ ਤੇ ਇਹਦੇ ਥੱਲੇ 9 ਲੀਟਰ ਦੁੱਧ ਤਿਆਰ ਆ। 9 ਲੀਟਰ ਤਿਆਰ ਆ। ਹਾਂਜੀ। ਤੇ ਇਹ ਬਾਈ ਜੀ ਦੂਸਰਾ ਨੀ ਜਿਹੜਾ ਹੁਣ ਇਹਦੇ ਮਗਰ ਬੱਚਾ ਆ, ਉਹ ਮੇਲ ਕਾਫ ਕੇ ਫੀਮੇਲ ਕਾਫ? ਨਹੀਂ, ਇਹਦੇ ਮਗਰ ਫੀਮੇਲ ਆ ਜੀ। ਅੱਛਾ, ਤੇ ਉਹ ਕਿਹੜੇ ਬੁੱਲਦੀ ਆ? ਉਹ ਹੈਗੀ ਆ ਜੀ ਬੁਲਟ ਦੀ। ਬੁਲਟ ਦੀ ਆ? ਹਾਂਜੀ। ਠੀਕ ਆ, ਬੁਲਟ ਦੀ ਆ, ਬਹੁਤ ਚੰਗੀ ਕੱਟੀ ਆ ਮੈਂ ਦੇਖੀ ਇਹਦੇ ਮਗਰ ਆ, ਤੇ ਉਹ ਫਿਰ ਹੁਣ ਇਹ ਕੱਟੀ ਤੇ ਮਿਲਦੀ ਆ? ਹਾਂਜੀ, ਮਿਲਦੀ ਕੱਟੀ ਦੇ। ਸੋ ਦੋਸਤੋ, ਇਹ ਜਿਹੜੀ ਮੱਝ ਆ ਤੁਸੀਂ ਦੇਖ ਸਕਦੇ ਆ ਉਸ ਕੱਟੀ ਤੇ ਮਿਲਦੀ ਆ, ਤੇ ਗਾਂ ਬਣੀ ਨੂੰ ਵੀ ਉਹਦੇ ਕਹਿਣ ਨੂੰ। ਅੱਜ ਕਿੰਨੇ ਦਿਨ ਹੋ ਗਏ ਆ? ਅੱਜ ਵੀਰੇ 16 ਦਿਨ ਹੋ ਗਏ, 1 ਤਰੀਕ ਨੂੰ ਸੀਮਨ ਲੱਗਾ ਸੀ। 1 ਤਰੀਕ ਨੂੰ ਸੀਮਨ ਲੱਗਾ ਵਾ ਦੋਸਤੋ, 16 ਦਿਨ ਹੋ ਗਏ ਆ, ਤੇ 9 ਲੀਟਰ ਤੁਸੀਂ ਧਾਰਾਂ ਬਾਈ ਤੋਂ ਮਾਰ ਕੇ ਇਹ ਮੱਝ ਲਿਜਾ ਸਕਦੇ ਆ। ਤੇ ਸੀਮਨ ਵੀਰੇ ਇਹਨੂੰ ਬਲੀ ਵਧਣੀ ਦਾ ਲੱਗਾ ਕੇ? ਅੱਛਾ, ਸੀਮਨ ਜਿਹੜਾ ਇਹਨੂੰ ਬਲੀ ਵਧਣੀ ਦਾ ਲੱਗਾ। ਜਿਹੜੀ ਮਗਰ ਕੱਟੀ ਆ ਉਹ ਕਿਹੜੇ ਸਾਂਦੀ ਆ? ਉਹ ਬੁਲਟ ਦੀ ਆ। ਉਹ ਬੁਲਟ ਦੀ ਆ। ਹਾਂਜੀ। ਤੇ ਬਾਈ ਜੀ ਮਾੜਾ ਜਿਹਾ ਆਪਾਂ ਝੋਟੀ ਨੂੰ ਤੋਰ ਕੇ ਦਿਖਾਈਏ। ਸੋ ਦੋਸਤੋ, ਤੁਸੀਂ ਮੈਨੂੰ ਬਹੁਤ ਡਿਟੇਲ 'ਚ ਪੁੱਛਦੇ ਰਹਿੰਦੇ ਆ ਕਿ ਬਾਈ ਕੋਈ ਚੰਗੀ ਝੋਟੀ ਸਾਨੂੰ ਲੈ ਕੇ ਦਿਓ, ਕੋਈ ਚੰਗੇ ਦੁੱਧ ਵਾਲੀ। ਤੇ ਮਿੱਤਰੋ, ਅੱਜ ਮੈਂ ਬਾਈ ਦੇ ਕੋਲ ਪਹੁੰਚਿਆ ਤੇ ਮੇਰੀ ਰੂਹ ਖੁਸ਼ ਹੋ ਗਈ ਬਾਈ ਦਾ ਮਾਲ ਵੇਖ ਕੇ, ਤੇ ਬਹੁਤ ਹੀ ਚੰਗੀ ਨਜਾਇਜ਼ ਚੰਗੀ ਝੋਟੀ ਆ ਦੋਸਤੋ। ਬੱਚੇ ਦੇ ਬੱਚੇ ਬਹੁਤ ਵਧੀਆ ਦਿੰਦੀ, ਤੇ ਇੱਕ ਇਹਦੀ ਹੋਰ ਖਾਸੀਅਤ ਬਾਈ ਤੋਂ ਸੁਣੀ, ਬਾਈ ਕਹਿੰਦਾ ਦਿੰਦੀ ਵੀ ਕੱਟੀਆਂ ਆ। ਸੋ ਇਹ ਤੁਸੀਂ ਦੇਖ ਸਕਦੇ ਆ ਮੱਝ ਦੀ ਡੀਲ ਡੋਲ ਜਿਹੜੀ ਆ, ਬਿਲਕੁਲ ਉਹਦੇ ਕਹਿਣ ਨੂੰ ਪਤਲੀ ਕਹਿੰਦੇ ਆ, ਥਣ ਬਿਲਕੁਲ ਬਰਾਬਰ ਦੇ ਆ। ਤੇ ਤੁਹਾਨੂੰ ਮੈਂ ਇੱਕ ਵਾਰ ਤੁਰਦੀ ਤੋਂ ਆਰਡਰ ਤੇ ਝਾਤ ਮਰਾ ਦਿੰਦਾ ਦੋਸਤੋ, ਦੇਖ ਸਕਦੇ ਆ। ਆ ਕਰਿਓ ਚੈੱਕ ਮੱਝ ਦੀ ਜਿਹੜੀ, ਤੋਰ ਦਿਓ ਬਾਈ ਮਾੜਾ ਜਿਹਾ ਲੰਮਾ ਤੋਰ ਦਿਓ। ਸੋ ਆਹ ਤੁਸੀਂ ਦੇਖ ਸਕਦੇ ਆ, ਮੋੜ ਲਿਆ ਵੀਰੇ, ਮੋੜ ਦਿਓ। ਸੋ ਮੈਨੂੰ ਐਂ ਲੱਗਣ ਡਿਆ ਦੋਸਤੋ ਜਿਵੇਂ ਮੱਝ ਥੋੜ੍ਹਾ ਜਿਹਾ ਡੋਕਾ ਕਰਨ ਲੱਗ ਪਈ ਆ, ਅਤੇ ਇਹ ਮੱਝ ਗੱਬਰ ਨਿਕਲਣੀ ਆ, ਜਿੰਨਾ ਕੁ ਮੇਰੀ ਲਾਈਫ ਦਾ ਤਜਰਬਾ ਵਾ। ਬਾਕੀ ਚਲੋ ਅੱਗੇ ਅਗਲੇ ਦੀ ਕਿਸਮਤ ਹੁੰਦੀ ਆ, ਪਰ ਮੈਨੂੰ 100-80% ਮੱਝ ਨੇ ਬੱਚਾ ਜਿਹੜਾ ਮੰਨ ਲਓ ਇਹਨੇ ਕਨਸੀਵ ਕਰ ਲਈ ਆ ਪ੍ਰੈਗਨੈਂਸੀ। ਬਾਕੀ ਦੋਸਤੋ ਤੁਸੀਂ ਆਪਦੀ ਸਮਝ ਨਾਲ ਜਾ ਸਕਦੇ ਆ। ਅਤੇ ਇਹਦਾ ਬੱਚਾ ਬਾਈ ਜੀ ਉਰਲੀ ਕੱਟੀ ਜਾਣਾ। ਸੋ ਦੋਸਤੋ, ਇਹਦੇ ਜਿਹੜਾ ਮਗਰ ਬੱਚਾ ਆ ਨਾ ਫੀਮੇਲ ਕਾਫ, ਸੋ ਤੁਹਾਨੂੰ ਮੈਂ ਦਿਖਾਉਣਾ ਆ, ਬੁਲਟ ਦੀ ਆ ਇਹ। ਸੋ ਐਚ ਐਸ ਬੀ ਦਾ ਸੀਮਣ ਆ, ਉੱਠੀ ਹੋਏ। ਸੋ ਆਹ ਵਾ ਇਹਦੇ ਮਗਰ ਫੀਮੇਲ ਕਾਫ,
ਤੇ ਇਹ ਬਾਈ ਫਿਰ ਕਿੰਨਾ ਕੁ ਦੁੱਧ ਤੇ ਪਾਲੀ ਆ ਯਾਰ ਇਹ ਕੱਟੀ? ਇਹ ਵੀਰੇ 3 ਲੀਟਰ ਸਵੇਰ ਦਾ ਤੇ 3 ਸ਼ਾਮ ਦਾ। ਮੰਨ ਲਓ ਅੱਧਾ ਦੁੱਧ ਇਹ ਪੀਂਦੀ ਰਹੀ ਆਪਦੀ ਮਾਂ ਦਾ ਤੇ ਪੀਕ ਲੈਵਲ ਤੇ ਮੱਝ ਨੇ ਕਿੰਨਾ ਦੁੱਧ ਕੱਢਿਆ? ਪੀਕ ਲੈਵਲ ਤੇ ਪਹਿਲਾਂ ਪਿਛਲੇ ਸੂਏ ਤੇ ਅਸੀਂ ਵਧੇਰੇ। ਅੱਛਾ ਜੀ, ਪਿਛਲੇ ਸੂਏ ਤੇ 14-15 ਹੀ ਰਿਹਾ, ਐਤਕੀ 13-14 ਰਿਹਾ, ਐਤਕੀ ਪਠੜਕਾ ਹੈ ਨੀ। ਠੀਕ ਆ, ਤੇ ਇਹ ਮੰਨ ਲਓ ਜਿਹੜੀ ਕੱਟੀ ਹੈਗੀ ਆ ਬਹੁਤ ਹੀ ਵਧੀਆ ਸੀਮਨ ਦੀ ਆ ਮਿੱਤਰੋ, ਤੇ ਬਾਈ ਨੇ ਇੱਕ ਆਫਰ ਹੋਰ ਵੀ ਕੱਢ ਦਿੱਤੀ ਆ ਤੁਹਾਨੂੰ, ਜੇ ਤੁਸੀਂ ਮੰਨ ਲਓ ਇਹ ਕੱਟੀ ਬਾਈ ਨੂੰ ਵਾਪਸ ਕਰਨੀ ਚਾਹੋ ਤੇ ਬਾਈ ਇਹ ਕਿੰਨੇ ਦੀ ਤੁਸੀਂ ਰੱਖ ਸਕਦੇ? ਇਹ ਮੇਰੇ 10,000 ਦੀ ਮੈਂ ਰੱਖ ਲੂੰਗਾ, ਕਿਉਂਕਿ ਜਿਹੜਾ ਪਾਲਦਾ ਉਹਨੂੰ ਪਤਾ ਹੈ ਬਿਲਕੁਲ ਵੀ ਇਹ 15,000 ਦਾ ਤਾਂ ਦੁੱਧ ਹੀ ਪੀ ਗਈ ਗਰਮ ਵਾਲੀ। ਬਿਲਕੁਲ ਬਿਲਕੁਲ, ਹਾਂਜੀ ਸਹੀ ਗੱਲ ਆ। ਸੋ ਦੋਸਤੋ, ਬਾਈ ਨੇ ਦੱਸਣ ਮੁਤਾਬਕ ਵੀ ਜੇ ਕੋਈ ਇਹ ਕੱਟੀ ਮੈਨੂੰ ਦੇਣੀ ਚਾਹੇ ਤਾਂ ਮੈਂ ਇਹ ਕੱਟੀ ਖਰੀਦ ਦਾ ਇਸ਼ਕ ਹੋਊਂਗਾ। ਹੁਣ ਤੁਸੀਂ ਬਾਈ ਨਾਲ ਜਦੋਂ ਸੌਦਾ ਕਰਨਾ, ਜੇ ਤੁਸੀਂ ਕੱਟੀ ਕੁਛ ਸਮੇਂ ਬਾਅਦ ਜਦੋਂ ਮੱਝ ਦੁੱਧੋਂ ਡਰਾਈ ਹੁੰਦੀ ਹੈ ਤੇ ਬਾਈ ਨੂੰ ਤੁਸੀਂ ਇਹ ਵਾਪਸ ਕਰ ਸਕਦੇ ਆ। ਤੇ ਬਾਈ ਨੂੰ ਵਿਖਾ ਦਿਓ ਮਾੜਾ ਜਿਹਾ, ਇਹ ਫੀਡ ਤੇ ਪਲ ਕੇ ਤਿਆਰ ਹੁੰਦੀਆਂ, ਦੁੱਧ ਪੀ ਕੇ ਤਿਆਰ ਹੁੰਦੀਆਂ ਨੇ। ਬਾਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ, ਤੁਸੀਂ ਦੇਖ ਸਕਦੇ ਆ ਖੁਰਲੀ ਅੱਧੀ ਕੀਤੀ ਵੀ ਬਾਈ ਨੇ ਦਾਣੇ ਨਾਲ। ਤੇ ਬਾਈ ਜੀ ਜਿਹੜੀ ਆ ਦੂਸਰੀ ਕੱਟੀ ਆ, ਇਹ ਉਹ ਪਰਲੀ ਝੋਟੀ ਦੀ ਆ ਜਿਹੜੀ ਸਿਕੰਦਰ ਵਾਲੀ ਆ? ਸਿਕੰਦਰ ਵਾਲੀ ਝੋਟੀ ਦੀ। ਸੋ ਸਿਕੰਦਰ ਵਾਲੀ ਦੀ ਇਹ ਕਿਹੜੇ ਬੋਲਦੀ ਆ? ਇਹ ਭੀਸ਼ਮਾ ਦੀ ਵੀਰੇ, ਭੀਸ਼ਮਾ ਦੀ। ਠੀਕ ਆ। ਸੋ ਮਿੱਤਰੋ, ਬਾਈ ਨੂੰ ਸ਼ੌਂਕ ਹੱਦੋਂ ਵੱਧ ਆ ਤੇ ਬਾਈ ਸੀਮਣ ਜਿਹੜੇ ਖੁਦ, ਮੰਨ ਲਓ ਬਾਈ ਕਹਿੰਦਾ ਵੀ ਜਿਹੜਾ ਹੁਣ ਬੱਧਣੀ ਵਾਲੇ ਬਲੀ ਸਾਹ ਦਾ ਟੀਕਾ ਝੋਟੀ ਨੂੰ ਲਵਾਇਆ ਵਾ ਤੇ ਉਹ ਘਰ ਜਾ, ਉਹਦੇ ਬਾਈ ਦੇ ਜਾ ਕੇ ਸਿਲੰਡਰ ਸਪੈਸ਼ਲ ਜਾ ਕੇ ਸੀਮਣ ਪਵਾ ਕੇ ਲਿਆਇਆ। ਇਹ ਵੀਰ ਆਪਣਾ ਜਗਜੀਤ ਆ, ਸਿਦਕ ਡੇਅਰੀ ਫਾਰਮ ਵਾਲਾ। ਹਾਂਜੀ ਹਾਂਜੀ। ਉਹਨਾਂ ਨੇ ਉਹਨਾਂ ਦੀ ਇੰਟਰਵਿਊ ਕੀਤੀ। ਠੀਕ ਆ। ਤੇ ਝੋਟੀਆਂ ਦੇ ਨਾਲ ਰਿਜ਼ਲਟ ਵਿਖਾਏ ਕਿ ਪਹਿਲੇ ਸੂਏ ਦੀਆਂ ਜਿਹੜੀਆਂ ਝੋਟੀਆਂ 16-16, 17-17 ਲੀਟਰ ਦੁੱਧ ਕੱਢਣ ਡਈਆਂ। ਠੀਕ ਆ। ਫਿਰ ਮੈਂ ਸੋਚਿਆ ਵੀ ਕਿਤੇ ਆਪਣੇ ਕੋਲ ਡੁਪਲੀਕੇਟ ਸੀ ਨਾ ਪਹੁੰਚੇ। ਠੀਕ ਆ। ਵੀ ਆਪਾਂ ਜੇ ਸੀਮਣ ਹੀ ਉਹਦਾ ਲਾਉਣਾ। ਠੀਕ ਆ। ਤੇ ਫਿਰ ਇੱਥੋਂ ਪੈਂਦਾ ਆਪਾਂ ਨੂੰ ਤਕਰੀਬਨ 100 ਕਿਲੋਮੀਟਰ ਉੱਤੇ ਪੈਣਾ ਪਿਆ। ਠੀਕ ਆ। ਫਿਰ ਉੱਥੇ ਜਾ ਕੇ ਲੈ ਕੇ ਆਏ। ਠੀਕ ਆ। ਉਹ ਜਾ ਕੇ ਲੈ ਕੇ ਬਾਈ, ਜਿਹੜੇ ਮਿਹਨਤ ਤਾਂ ਸਾਰੀ ਉਹੀ ਕਰਨੀ ਆ, ਪਰ ਸੀਮਣ ਤਾਂ ਬੰਦਾ ਉਹੀ, ਉਹੀ ਗੱਲ ਹੋ ਗਈ ਵੀ ਬੰਦਾ ਘਰ ਜਾ ਕੇ ਲੈ ਕੇ ਆਊਗਾ। ਕੱਟੀ ਇਹ ਵੀ ਬਾਹਲੀ ਨਜਾਇਜ਼ ਚੰਗੀ ਆ, ਝੋਲੀ ਝਾਲੀ ਇਹਦੀ ਵੀ ਬਹੁਤ ਚੰਗੀ ਆ ਦੋਸਤੋ, ਥੋੜ੍ਹੀ ਜਿਹੀ ਹੇਅਰ ਦੀ ਗਰੋਥ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਚੰਗੇ ਰਿਜ਼ਲਟ ਦੇਊਗੀ, ਕਿਉਂਕਿ ਮਾਂ ਬਾਹਲੀ ਨਜਾਇਜ਼ ਚੰਗੀ ਆ। ਅਤੇ ਬਾਈ ਨੇ ਵੀ ਉਹਦੇ ਕਹਿਣ ਨੂੰ ਦੁੱਧ ਦਾ ਲਾਲਚ ਨਹੀਂ ਕੀਤਾ, ਪੂਰੀ ਮੰਨ ਲਓ ਦੁੱਧ 'ਤੇ ਪਾਲੀ ਹੋਈ ਆ ਕੱਟੀ, ਦੋਨੋਂ ਹੀ ਕੱਟੀਆਂ ਨਜਾਇਜ਼ ਚੰਗੀਆਂ। ਅਤੇ ਵੱਡੇ ਵੀਰ ਆ ਜਾਓ, ਆਪਾਂ ਹੁਣ ਮੱਝ ਦੇ ਕੋਲ ਖੜ੍ਹ ਕੇ ਨਾਲੇ ਮੋਬਾਈਲ ਨੰਬਰ ਦੱਸ ਦਈਏ, ਅਤੇ ਨਾਲੇ ਆਪਾਂ ਇਹਦਾ ਮੁੱਲ ਜਿਹੜਾ ਤੁਸੀਂ ਲੈਣ ਦੇਣ ਆ ਉਹ ਦੱਸ ਦਈਏ। ਅਤੇ ਵੀਰ ਜੀ, ਜਿਹੜਾ ਇਹਦਾ ਝੋਟੀ ਦਾ ਲੈਣ ਦੇਣ ਆ, ਬਿਲਕੁਲ ਜਿਹੜੀ ਆਪਾਂ ਜਾਇਜ਼ੀ ਗੱਲ ਕਰਨੀ ਹੈ ਨਾ। ਹਾਂਜੀ ਹਾਂਜੀ। ਅਤੇ ਜਿਹਦੇ ਵਿੱਚੋਂ ਬਸ ਥੋੜ੍ਹਾ ਘਣਾ ਮਾਨਤਾ ਤੁਸੀਂ ਕਰਨਾ ਹੈ ਨਾ, ਕਿੰਨਾ ਮੁੱਲ ਕਰਦੇ? 70,000 ਰੁਪਈਏ ਵੀਰ ਇਹਦਾ। 70,000 ਰੁਪਈਆ, ਠੀਕ ਆ ਜੀ। ਦੁੱਧ ਦੇ ਵਿੱਚ ਮੰਨ ਲਓ ਲੇਡੀ ਚੋਲੇ ਪੋਲੀ ਆ ਨਾ ਵੀਰੇ, ਕੋਈ ਨਿੰਦ ਵਿਚਾਰ ਨਹੀਂ, ਬੱਚਾ ਭਾ ਦਿਓ ਜੀ, ਕੋਈ ਭੂਰ ਛੱਟਾ ਨਹੀਂ, ਕੋਈ ਭੂਰ ਛੱਟਾ ਨਹੀਂ, ਬੱਚਾ ਬਹਿਜੇ, ਜਨਾਨੀ ਬਹਿਜੇ। ਠੀਕ ਆ। ਅਤੇ ਉਹ ਵੀ ਮਿੱਤਰੋ, ਏਦੂ ਵੱਡਾ ਆਫਰ ਨਹੀਂ ਹੋਣਾ ਗਾ, ਬਾਈ ਨੇ 70,000 ਮੁੱਲ ਕੀਤਾ ਵਾ, 70 ਦੇ ਵਿੱਚੋਂ ਦੋਸਤੋ 10,000 ਰੁਪਈਆ ਤਾਂ ਤੁਹਾਡੀ ਕੱਟੀ ਦਾ ਕੱਟਿਆ ਜਾ ਸਕਦਾ, ਅਤੇ ਫਿਰ 60,000 ਤੇ ਤੁਹਾਨੂੰ ਇਹ ਮੱਝ ਰਹਿ ਜਾਣੀ ਆ। ਅਤੇ ਮੱਝ ਗਾਂ ਅਗਲੇ ਵਾਰੀ ਵੀ ਬੱਧਣੀ ਵਾਲੇ ਬਲੀ ਤੋਂ ਗੱਭਣਾ, ਇਹ ਚੀਜ਼ ਨੋਟ ਰੱਖਿਓ। ਬੱਧਣੀ ਵਾਲੀ ਬਲੀ ਦੀਆਂ ਜਿਹੜੀਆਂ ਕੱਟੀਆਂ ਆ ਪਹਿਲਾਂ 14-14, 15-15 ਨੂੰ ਬਾਹਰ ਜਾਂਦੀਆਂ ਆਪਣੀਆਂ, ਐਤਕੀ ਮੇਲੇ 'ਚ ਵੀ ਉੱਥੇ ਜਿਹੜੇ ਮੇਰੇ ਨਾਲ ਜੁੜੇ ਆਪਾਂ ਤਾਂ ਉਹਨਾਂ ਲੈ ਵਿਖਾਇਆ 18 ਲੀਟਰ ਬਾਈ ਦੀ ਉੱਥੇ ਬੱਧਣੀ ਵਾਲੇ ਬਲੀ ਸਾਹ ਦੀ ਝੋਟੀ ਦੁੱਧ ਦੇ ਗਿਆ। ਤੋਫ ਝੋਟੀ ਲੈ ਗਿਆ ਹੈ ਨਾ? ਹਾਂ, ਤੋਫ ਝੋਟੀ ਬਲੀ ਵਾਲੇ ਬੱਧਣੀ ਦੀ ਆ। ਹਾਂ, ਸੋ ਉਹ ਝੋਟੀ ਮੈਂ ਦੇਖੀ ਆ, ਮੇਰੇ ਇਹ 'ਤੇ ਲਾਈਵ ਕੀਤੀ ਆ ਮੈਂ। ਅਤੇ ਇਹ ਆ ਦੋਸਤੋ ਬਾਈ ਦੀ ਜਿਹੜੀ ਟੋਕੜ ਵੀ ਕਹਿ ਸਕਦੇ ਹਾਂ, ਗੱਭਣ ਵੀ ਕਹਿ ਸਕਦੇ ਆ ਗਾਂ, ਅਤੇ ਦੁੱਧ ਸੱਜਰਾਂ ਜਿਹਨਾਂ ਦੇਈ ਜਾਂਦੀ ਆ, ਇਹਦੇ ਵਿੱਚ ਸਹੂਲਤਾਂ ਬਹੁਤ ਜ਼ਿਆਦੀਆਂ। ਅਤੇ ਬਾਈ ਜੀ, ਮੋਬਾਈਲ ਨੰਬਰ ਬੋਲਿਓ। ਮੋਬਾਈਲ ਵੀਰੇ 9635। ਹਾਂਜੀ। 5376। 5376। ਹਾਂਜੀ। 9635। 9635। 5376। ਸੋ ਦੋਸਤੋ, ਹੁਣ ਜੇ ਕਿਸੇ ਨੂੰ ਚੰਗੀ ਮੱਝ ਦੀ ਕੋਈ ਆਸ ਲਾਈ ਬੈਠਾ ਜੀ, ਅਤੇ ਬਾਈ ਦੇ ਚੈਨਲ ਤੋਂ ਖਰੀਦਣੀ ਤਾਂ ਖਰੀਦ ਲਿਓ, ਬਹੁਤ ਚੰਗੀ ਝੋਟੀ ਆ, ਠੰਡੀ ਸੀਲ ਆ। ਸੋ ਧੰਨਵਾਦ ਦੋਸਤੋ। ਅਤੇ ਜੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਤਾਂ ਉਹ ਵੀ ਆਪਣੇ ਨਾਲ ਸੰਪਰਕ ਕਰਿਓ। ਧੰਨਵਾਦ।